ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਜਿੱਦੀ ਵੀਡੀਓ ਆਪਾਂ ਕੱਲ ਜੋ ਫਰੀਦਕੋਟ ਵਿਖੇ ਕਿਸਾਨ ਮੇਲਾ ਸੀਗਾ ਉਸ ਵਿੱਚ ਕੁਝ ਵੈਰਾਈਟੀਆਂ ਦਿਖਾਈਆਂ ਗਈਆਂ ਜੋ ਅਨ ਰਿਲੀਜ਼ ਨੇ ਜਾਂ ਕੁਝ ਰਿਲੀਜ਼ ਹੋ ਚੁੱਕੀਆਂ ਉਹਨਾਂ ਦੇ ਟ੍ਰਾਇਲ ਦਿਖਾਵਾਂਗੇ ਤੁਹਾਨੂੰ ਤੇ ਇੱਕ ਜਿਹੜੀ PBW826 ਵੈਰਾਈਟੀ ਦਾ ਬੀਜ ਮਿਲ ਰਿਹਾ ਕੀ ਰੇਟ ਮਿਲ ਰਿਹਾ ਤੇ ਪ੍ਰਤੀ ਫਾਰਮਰ ਨੂੰ ਕਿੰਨਾ ਦਿੱਤਾ ਜਾ ਰਿਹਾ ਇਸ ਦੇ ਸਬੰਧ ਵਿੱਚ ਵੀ ਜਾਣਕਾਰੀ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਤਾਂ ਜਾਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜੀ ਦੋਸਤੋ ਪਹਿਲਾਂ ਤੁਹਾਨੂੰ ਵੈਰਾਈਟੀਆਂ ਦਿਖਾ ਰਹੇ ਹਾਂ ਪੀ ਆਰ ਐਕਸ 113 ਵੈਰਾਈਟੀ ਲੱਗੀ ਹੋਈ ਆ ਟ੍ਰਾਇਲ ਦੇ ਤੌਰ ਤੇ ਅੱਗੇ ਪੀ ਆਰ ਐਕਸ 29 ਆ ਗਈ ਹੈ ਜੀ ਤੇ ਇਸ ਤੋਂ ਅਗਲੀ ਵੈਰਾਈਟੀ ਹੈਗੀ ਆ ਜੋ PRX28 ਤੇ ਇਸ ਤੋਂ ਅਗਲੀ ਵੈਰਾਈਟੀ ਹੈ ਜੀ PRX21 ਤੇ ਅੱਗੇ ਆ ਗਈ ਹੈ ਜੀ PRX30 ਤੇ ਇਸ ਤੋਂ ਅਗਲੀ ਵੈਰਾਈਟੀ ਹੈਗੀ ਆ ਜੀ PRX31 ਜੋ ਨਵੀਂ ਰਿਲੀਜ਼ ਕੀਤੀ ਗਈ ਆ ਉਹ ਵੈਰਾਈਟੀ ਲੱਗੀ ਵੀ ਆ ਡੈਮੋ ਦੇ ਤੌਰ ਤੇ ਤੇ ਅੱਗੇ ਆ ਗਈ ਜੀ HKR47 ਇਸ ਤੋਂ ਅੱਗੇ ਹੈਗੀ ਆ ਜੀ 28P67 ਜੋ ਪਾਇਨਰ ਦਾ ਵੀ ਆਉਂਦਾ ਹਾਈਬ੍ਰਿਡ ਵਿੱਚ ਉਹ ਲੱਗਿਆ ਹੋਇਆ ਜੀ ਅੱਗੇ ਆ ਗਈ ਬਾਸਮਤੀ 1718 ਅੱਗੇ ਆ ਗਈ ਜੀ ਬਾਸਮਤੀ ਦੀ ਵੈਰੈਟੀ 1637 ਜੋ ਕੁਝ ਪਿਛਲੇ 2 ਸਾਲਾਂ ਚ ਹਜੇ ਰਿਲੀਜ਼ ਹੋਈ ਹੈ ਪੂਸਾ 1637 ਤੇ ਇਸ ਤੋਂ ਬਾਅਦ ਆ ਗਈ ਪੰਜਾਬ ਬਾਸਮਤੀ 7 ਨੰਬਰ ਤੇ ਇਸ ਤੋਂ ਬਾਅਦ ਆਈਆਂ ਜੀ ਕੁਝ ਕਣਕ ਦੀਆਂ ਵੈਰੈਟੀਆਂ ਜਾਨੀ ਕਿ ਜਿਵੇਂ ਨਵੀਂ ਵੈਰੈਟੀ ਆਈ ਹੈ PBW826 PBW ਚਪਤੀ 1 ਨੇ ਪ੍ਰਾਣੀ ਵੈਰਾਈਟੀ ਇੱਕ ਜੈਂਕਰ ਨੰਬਰ 1 ਆਈ ਹੈ ਜੋ ਕਣਕ ਲਈ ਖਾਣ ਲਈ ਕਣਕ ਲਈ ਬਹੁਤ ਵਧੀਆ ਮੰਨੀ ਗਈ ਆ ਤੇ ਆ ਤੁਸੀਂ ਵੀਡੀਓ ਵਿੱਚ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ 826 ਵੈਰਾਈਟੀ ਦੀਆਂ ਇਹ ਪਿਛਲੇ ਸਾਲ ਦਾ ਡੈਮੋ ਲੱਗਿਆ ਵਸ ਯੂਨੀਵਰਸਿਟੀ ਵਿੱਚ ਉਹਦੀਆਂ ਵੀਡੀਓ ਕਲਿੱਪ ਤੇ ਉਹਦੀਆਂ ਤਸਵੀਰਾਂ ਦੇਖ ਰਹੇ ਹਾਂ ਬਹੁਤ ਸ਼ਾਨਦਾਰ ਵੈਰਾਈਟੀ ਹੈ ਦਰਮਿਆਨੇ ਜੇ ਕੱਦ ਦੀ ਆ ਤੇ ਇਸ ਦਾ ਬੀਜ ਪ੍ਰਤੀ ਜਾਣੇ ਨੂੰ 2 ਕਿਲੋ ਵੰਡਿਆ ਜਾ ਰਿਹਾ ਕੀਮਤ ਰੱਖੀ ਗਈ ਆ 100 ਰੁਪਏ ਕਿਲੋ ਬੀਜ ਦੀ ਜਾਣੇ ਕਿ 2 ਕਿਲੋ ਬੀਜ ਦੀ 200 ਰੁਪਿਆ ਕੀਮਤ ਰੱਖੀ ਗਈ ਆ ਤੇ ਇੱਕ ਮੈਂ ਬੇਨਤੀ ਕਰਦਾ ਵੀ ਸਾਰੇ ਵੀਰ ਭਰਾਵਾਂ ਨੂੰ ਵੱਡੇ ਲੈਵਲ ਤੇ ਕੋਈ ਵੀ ਰਿਸਕ ਨਾ ਲਵੇ ਕੋਈ 2 ਕਨਾਲਾਂ ਕੋਈ 4 ਕਨਾਲਾਂ ਟ੍ਰਾਇਲ ਦੇ ਤੌਰ ਤੇ ਤੁਸੀਂ ਲਾ ਕੇ ਵੈਰਾਈਟੀ ਚੈੱਕ ਕਰ ਸਕਦੇ ਹੋ ਕੀ ਆਪਣੇ ਖੇਤਾਂ ਵਿੱਚ ਕਾਮਯਾਬ ਆ ਫੇਰ ਹੀ ਆਪਾਂ ਨੂੰ ਅਗਲੇ ਸਾਲ ਵੱਡੇ ਲੈਵਲ ਤੇ ਲਾਉਣ ਦਾ ਫੈਸਲਾ ਕਰਨਾ ਚਾਹੀਦਾ ਤੇ ਬਾਕੀ ਜੇ ਕਿਸੇ ਨੇ ਲੈਣਾ ਹੋਵੇ 23 24 ਸਤੰਬਰ ਨੂੰ ਲੁਧਿਆਣਾ ਯੂਨੀਵਰਸਿਟੀ ਵਿੱਚੇ ਵੇਖੇ ਜਾ ਕੇ ਤੁਸੀਂ ਇਸ ਦਾ ਬੀਜ ਲੈ ਸਕਦੇ ਹੋ ਆਪਾਂ ਵੀ ਇਸ ਸਾਲ ਪੀਬੀਬੀਬੀ ਚਪਾਤੀ ਵੈਰਾਈਟੀ ਲਾ ਰਹੇ ਆ ਦੱਸਾਂਗੇ ਕੀ ਕੌਸ਼ਾ ਤੇ ਕਿਦਾਂ ਦੇ ਦੇ ਕੈਰੈਕਟਰ ਆ ਵੈਸੇ ਥੋੜੇ ਏਰੀਆ ਵਿੱਚ ਲਾਵਾਂਗੇ ਆਪਦੇ ਘਰੇ ਵਰਤਨ ਲਈ ਇਸ ਦਾ ਆਟਾ ਦੱਸਾਂਗੇ ਕਿਸ ਤਰ੍ਹਾਂ ਦਾ ਇਸ ਤੋਂ ਬਾਅਦ ਕੁਝ ਮੂੰਗੀ ਦੀਆਂ ਵੈਰਾਈਟੀਆਂ ਆਈਆਂ ਜਿਵੇਂ ਐਮਐਲ 1808 ਇਸ ਤੋਂ ਅਗਲੀ ਹੈਗੀ ਐਮਐਲ 2056 ਉੱਤੇ ਝਾੜ ਵੀ ਦੱਸਿਓ 71 ਦਿਨ ਦੀ ਵੈਰਾਈਟੀ ਹੈ ਤੇ ਅੱਗੇ ਇਸ ਤੋਂ ਬਾਅਦ ਆ ਗਿਆ ਜੀ ਜੋ ਹਾਈਡਰੋਪੋਨਿਕ ਰਾਹੀਂ ਖੇਤੀ ਕੀਤੀ ਜਾਂਦੀ ਹੈ ਉਸ ਦਾ ਡੈਮੋ ਲੱਗਿਆ ਵਾ ਵਿੱਚ ਪਾਲਕ ਵਗੈਰਾ ਤੇ ਕੋਸ਼ਿਸ਼ ਨਾਲ ਆdaliyan ਆਈਟਮਾਂ ਲੱਗੀਆਂ ਹੋਈਆਂ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਫਰੀਦਕੋਟ ਕਿਸਾਨ ਮੇਲੇ ਵਿੱਚ ਜੋ ਕੁਝ ਸੀਗਾ ਤੁਹਾਨੂੰ ਮੋਟਾ-ਮੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰ ਦਿਓ ਤੇ ਬਾਕੀ ਹੋਰ ਜਾਣਕਾਰੀ ਲਈ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ